ਪੰਜਾਬ ਸਰਕਾਰ ਦੁਆਰਾ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਲੋਕਾਂ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਜਿਵੇਂ ਕਿ ਆਟਾ ਦਾਲ ਸਕੀਮ, ਸ਼ਗਨ ਸਕੀਮ, ਬੀਮਾ ਯੋਜਨਾ, ਪੜ੍ਹਾਈ ਅਤੇ ਸਿਹਤ ਸੰਬੰਧੀ ਕਈ ਸਕੀਮਾਂ ਹੋਰ ਵੀ ਚਲਾਈਆਂ ਜਾ ਰਹੀਆਂ ਹਨ। ਅਤੇ ਅੱਜ ਪੰਜਾਬ ਅਤੇ ਭਾਰਤ ਸਰਕਾਰ ਦੁਆਰਾ ਗਰੀਬਾਂ ਨੂੰ ਆਤਮ ਨਿਰਭਰ ਬਣਾਉਣ ਲਈ, ਆਮਦਨੀ ਦਾ ਜ਼ਰੀਆ ਉਪਲਬਧ ਕਰਵਾਉਣ ਲਈ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਮਿਲ ਕੇ ਇੱਕ ਯੋਜਨਾ ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਚੱਲਦੇ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਅਟਾਰੀ ਅਤੇ ਵੇਰਕਾ ਬਲਾਕ ਦੇ 450 ਗਰੀਬਾਂ ਨੂੰ ਪੈਰਾਂ ਤੇ ਖੜਾ ਹੋਣ ਲਈ ਏਅਰ ਕੰਪਰੈਸਰ ਵੰਡੇ। ਏਅਰ ਕੰਪਰੈਸਰ ਦੇ ਨਾਲ ਵਹੀਕਲ ਵਿੱਚ ਹਵਾ ਭਰਨ ਅਤੇ ਰੰਗ ਰੋਗਨ ਦਾ ਕੰਮ ਕੀਤਾ ਜਾ ਸਕਦਾ ਹੈ, ਜਿਸ ਨਾਲ ਗਰੀਬ ਆਦਮੀ ਆਪਣੀ ਰੋਜੀ ਰੋਟੀ ਕਮਾ ਸਕਦਾ ਹੈ ਅਤੇ ਇਸ ਕਰਕੇ ਲੋਕਾਂ ਵਿੱਚ ਵੀ ਖੁਸ਼ੀ ਪਾਈ ਜਾ ਰਹੀ ਹੈ। ਮੇਰਾ ਨਾਮ ਸੰਜੇ ਭਾਰਤੀ ਹੈ, ਚੇਅਰਮੈਨ ਸਰਸਵਤੀ ਵਿਦਿਆਰਥੀ ਮੰਦਿਰ। ਹਮਾਰੀ ਇੱਕ NGO ਹੈ ਜੋ ਕਿ ਪੂਰੇ ਭਾਰਤ ਮੇਂ ਕਰੀਬ 600 ਸ਼ਹਿਰੋਂ ਮੇਂ ਕਾਮ ਕਰ ਰਹੀ ਹੈ। ਸਰਦਾਰ ਗੁਲਜ਼ਾਰ ਸਿੰਘ ਰਣੀਕੇ ਜੀ ਕੀ ਬਹੁਤ ਬੜੀ ਪਹਿਲ ਕੇ ਸਾਥ ਹਮਾਰੀ NGO ਕੋ ਉਨ੍ਹੋਂਨੇ ਰਿਕੁਐਸਟ ਕਰੀ ਕਿ ਭਾਈ ਜੋ ਬਾਰਡਰ ਏਰੀਆ ਕੇ ਲੋਕ ਹੈ ਉਨਕੀ ਜ਼ਰੂਰਤੇ ਵੀ ਜ਼ਿਆਦਾ ਹੈ ਔਰ ਗਰੀਬ ਵੀ ਹੈ, ਗਰੀਬੀ ਬਹੁਤ ਹੈ। ਉਸਕੋ ਦੇਖਤੇ ਹੋਏ ਹਮ ਅਟਾਰੀ ਮੇਂ ਯਹਾਂ ਪੇ ਹਮਨੇ ਸਰਵੇ ਕੀਆ ਔਰ ਗਾਓ ਗਾਓ ਸਰਵੇ ਕਰਨੇ ਕੇ ਬਾਅਦ ਮੇਂ ਹਮਨੇ ਇਹ ਪਾਇਆ ਕਿ ਲੋਗੋਂ ਕੋ ਬਹੁਤ ਜ਼ਿਆਦਾ ਜ਼ਰੂਰਤੇ ਹੈਂ। ਉਸਕੋ ਧਿਆਨ ਮੇਂ ਰੱਖਤੇ ਹੋਏ ਹਮਨੇ ਕੁਛ ਪ੍ਰੋਗਰਾਮ ਬਣਾਏ ਜੋ ਕਿ ਸੈਂਟਰ ਗਵਰਨਮੈਂਟ ਔਰ ਪੰਜਾਬ ਗਵਰਨਮੈਂਟ ਦੋਨੋਂ ਮਿਲ ਕੇ ਕਰਤੀ ਹੈ। ਉਸਕੇ ਲੀਏ ਹਮਨੇ ਸਭਸੇ ਬੜਾ ਪ੍ਰੋਗਰਾਮ ਜੋ ਥਾ ਵੋ ਸਵਰੋਜ਼ਗਾਰ ਕੇ ਲੀਏ ਥਾ, ਜਿਸ ਮੇਂ ਕਿ ਜੋ ਯਹਾਂ ਕੇ ਲੋਕ ਹੈ ਜੋ ਕਿ ਦਿਹਾੜੀਦਾਰ ਅਧਿਕਤਰ ਹੈ, ਜੋ ਕਿ 200 ਸੇ 400 ਰੁਪਏ ਜਿਨਕੀ ਦਿਹਾੜੀ ਹੈ, ਵੋ ਦਿਹਾੜੀ ਕੋ ਸੇ ਕਿਸ ਤਰ੍ਹਾਂ ਸੇ ਆਪਣੇ ਰੋਜ਼ਗਾਰ ਕਰੇ। ਆਜ ਜੋ ਪ੍ਰੋਗਰਾਮ ਥਾ ਇਸਮੇਂ ਹਮਨੇ 450 ਏਅਰ ਟਾਇਰ ਪੰਚਰ ਕਿੱਟ ਏਅਰ ਕੰਪਰੈਸਰ ਕੇ ਸਾਥ ਮੇਂ ਦੀ ਹੈ, ਜਿਸਮੇਂ ਕਿ ਵੋ ਆਪਣਾ ਇੱਕ ਟਾਇਰ ਪੰਚਰ ਸੈਟਅਪ ਕਰ ਸਕੇਂਗੇ ਔਰ ਉਸਮੇਂ ਵੋ ਆਪਣੇ ਪਰਿਵਾਰ ਕੋ ਆਪਣੇ ਬੱਚੋਂ ਕੋ ਅੱਛੀ ਸਿੱਖਿਆ ਦੇ ਸਕੇਂਗੇ। ਇਸ ਲਈ ਗੁਲਜ਼ਾਰ ਸਿੰਘ ਰਣੀਕੇ ਜੀ ਕਾ ਧੰਨਵਾਦ ਕਰਤਾ ਹੂੰ, ਜੋ ਹਮਾਰੀ ਤਰ੍ਹਾਂ ਕੀ NGO ਜੋ ਕਿ ਪੂਰੇ ਦੇਸ਼ ਮੇਂ ਸ਼ਹਿਰੋਂ ਮੇਂ ਜੋ ਕਾਮ ਕਰਤੀ ਥੀ ਉਨਕੋ ਗਾਓਂ ਕੇ ਸਤਰ ਪਰ ਲੈ ਕੇ ਆਏ। ਅੱਜ ਜਿਹੜਾ ਉਪਰਾਲਾ ਵਜ਼ੀਰ ਮੰਤਰੀ ਸਾਹਿਬ ਸਾਡੇ ਗੁਲਜ਼ਾਰ ਸਿੰਘ ਰਣੀਕੇ ਜੀ ਨੇ ਸ਼ੁਰੂ ਕੀਤਾ ਸੀ, ਉਹਦੇ ਅਧੀਨ ਅਸੀਂ ਅੱਜ 450 ਪਰਿਵਾਰਾਂ ਨੂੰ ਏਅਰ ਕੰਪਰੈਸ਼ਰ ਕਿੱਟ ਵੰਡੀ ਆ, ਜਿਨ੍ਹਾਂ ਨਾਲ ਕਿ ਉਹ ਆਪਣਾ ਟਾਇਰ ਪੈਂਚਰ ਦੀ ਦੁਕਾਨ ਖੋਲ੍ਹ ਸਕਦੇ ਆ ਅਤੇ ਨਾਲ ਪੇਂਟ ਦਾ ਕੰਮ ਕਰ ਸਕਦੇ ਆ। ਇਸ ਤੋਂ ਪਹਿਲਾਂ ਆਪਾਂ ਥੋੜ੍ਹੇ ਦਿਨ ਪਹਿਲਾਂ 450 ਪਰਿਵਾਰਾਂ ਨੂੰ, ਗਰੀਬ ਪਰਿਵਾਰਾਂ ਨੂੰ, 80 ਪਰਿਵਾਰਾਂ ਨੂੰ 80 ਸਪਰੇਅ ਪੰਪ ਵੀ ਵੰਡਿਆ ਹੈ ਅਤੇ ਵੈਲਡਿੰਗ ਸੈੱਟ ਵੀ ਵੰਡਿਆ ਹੈ ਅਤੇ ਆਉਣ ਵਾਲੇ ਸਮੇਂ 'ਚ ਅਸੀਂ ਇੱਦਾਂ ਹੀ ਕਰੀਬ 1000 ਪਰਿਵਾਰ ਆ ਜਿਨ੍ਹਾਂ ਨੂੰ ਅਸੀਂ ਮੋਬਾਈਲ ਟੀ ਸ਼ਾਪ, ਜਿਹਨੂੰ ਕਿ ਅਸੀਂ ਰੇਹੜੀ ਕਹਿੰਦੇ ਹਾਂ ਚਾਹ ਦੀ, ਅਤੇ ਨਾਲ ਅਸੀਂ ਪੈਡਲ ਰਕਸ਼ਾ ਵੰਡਾਂਗੇ ਤਾਂ ਕਿ ਉਹ ਆਪਣਾ ਰੋਜ਼ਗਾਰ ਸ਼ੁਰੂ ਕਰ ਸਕਣ ਅਤੇ ਆਪਣੇ ਬੱਚਿਆਂ ਦਾ ਭਵਿੱਖ ਸਵਾਰ ਸਕਣ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ, ਜਗਸੇਵਕ ਵੈਬ TV।